गुर लगा तब जाइए मिटे है मोतन ताप गुर लगा तब जाइए मिटे है मोतन ताप गुर लगा तब Oh,
ਸੰਸਾਰ ਵਿੱਚ ਐਸੀ ਪਦਵੀ ਹੈ ਜਿਹਦੀ ਮਹਿਮਾ ਵੇਦ ਸ਼ਾਸਤਰਾ ਗੁਰਬਾਣੀ ਨੇ ਗਾਈ ਹੈ। ਅਸਲੀ ਤੇ ਉਹ ਗੱਲ ਹੈ ਕਿ ਸਤਿਗੁਰੂ ਤੋਂ ਬਗੈਰ ਕੋਈ ਸੰਸਾਰ ਦਾ ਨਿਯਮ ਬਦਲ ਹੀ ਨਹੀਂ ਸਕਿਆ। ਜੇ ਬਦਲਿਆ ਤੇ ਦੱਸੋ, ਦੋ ਐਸੀਆਂ ਸ਼ਕਤੀਆਂ ਨੇ ਜਿਹਨਾਂ ਕੋਲੋਂ ਸਿੱਖਿਆ ਮਿਲਦੀ ਹੈ, ਜਿਸ ਨੇ ਜਿਹਨਾਂ ਨੇ ਸੰਸਾਰ ਤੇ ਕੰਟਰੋਲ ਕੀਤਾ ਹੈ। ਇੱਕ ਹੈ ਧਰਮ ਨੀਤੀ, ਦੂਜੀ ਹੈ ਰਾਜਨੀਤੀ। ਰਾਜਨੀਤੀ ਇਸ ਵਾਸਤੇ ਸੰਸਾਰ ਵਿੱਚ ਬਣੀ ਕਿ ਮਨੁੱਖ ਨੂੰ ਆਪਣੇ ਆਪਣੇ ਨਿਯਮ ਤੇ ਰੱਖਿਆ ਜਾਏ, ਕਿਸੇ ਦੇ ਉੱਤੇ ਕੋਈ ਹਮਲਾ ਨਾ ਕਰੇ, ਕਿਸੇ ਦਾ ਹੱਕ ਨਾ ਖੋਇਆ ਜਾਏ, ਐਸਾ ਇਸ ਵਾਸਤੇ। ਪਰ ਧਰਮ ਨੀਤੀ ਜਿਹੜੀ ਹੈ ਐਸੀ ਬਣਾ ਦਿੱਤੀ ਹੈ, ਗੁਰੂ ਕਿਆ ਨੇ ਬਣਾ ਦਿੱਤੀ ਰਾਜਨੀਤੀ ਦੇ ਮੁਕਾਬਲੇ ਤੋਂ, ਇੱਥੋਂ ਵੀ ਸਿੱਖਿਆ ਮਿਲੀ ਹੈ। ਹੁਣ ਧਿਆਨ ਰੱਖਣਾ, ਜਿਹੜੀ ਰਾਜਨੀਤੀ ਆ ਉਹਦੇ ਵਿੱਚ ਥੱਪੜ ਮਾਰ ਦਿੰਦੀ ਹੈ। ਰਾਜਨੀਤੀ ਵਾਲਾ ਥੱਪੜ ਮਾਰੇਗਾ ਜ਼ਰੂਰ, ਜਿੱਥੇ ਵੀ ਕਿਤੇ ਅਸੂਲ ਦੀ ਉਲੰਘਣਾ ਕੀਤੀ ਹੈ ਕਿਸੇ ਨੇ, ਥੱਪੜ ਵੱਜਦੇ ਕਿ ਮੈਂ ਕਹਿੰਦਾ ਲੱਤਾਂ ਗੋਡੇ ਤੋੜ ਦਿੰਦੇ ਨੇ, ਚੋਰ ਦੇਗਾ ਚੋਰੀ ਕਰਦਾ ਹੈ ਨਾ, ਇਸੇ ਤਰ੍ਹਾਂ ਹੀ ਰਾਜਨੀਤੀ ਥੱਪੜ ਮਾਰੇਗੀ। ਇੱਥੇ ਪ੍ਰਮਾਣ ਹੈ, ਇੱਕ ਮਾਤਾ ਹੈ ਕੋਈ ਘਰ ਵਿੱਚ, ਉਹਦਾ ਪੁੱਤਰ ਛੋਟਾ ਜਿਹਾ ਤੇ ਦੀਵਾਲੀ ਦਾ ਦਿਨ ਹੈ, ਬਰਤਨ ਖਰੀਦ ਕੇ ਲਿਆਈ ਬਾਜ਼ਾਰ ਵਿੱਚੋਂ, ਲਿਆ ਕੇ ਰੱਖੇ ਰਸੋਈ ਵਿੱਚ। ਬੱਚਾ ਕਹਿੰਦਾ ਮਾਂ ਤੇਰੇ ਮੈਂ ਬਰਤਨ ਲੱਗਾ ਤੋੜਨ, ਜਿਹੜੇ ਖਹਿਰੇ ਪੈ ਗਿਆ। ਇਹਨੇ ਇੱਕ ਦੋ ਵਾਰੀ ਸਮਝਾਇਆ ਵੀ ਬਰਤਨ ਨਹੀਂ ਤੋੜੀਦੇ, ਬਹੁਤ ਪੈਸੇ ਲੱਗਦੇ ਨੇ। ਆਂਦਾ ਨਹੀਂ ਮੈਂ ਤੇ ਤੋੜਾਂਗਾ। ਇਹ ਬਰਤਨ ਤੋੜਨ ਲੱਗਿਆ, ਇਹਨੇ ਦੋ ਥੱਪੜ ਲਾ ਦਿੱਤੇ ਨੇ ਦੋਹੀ ਪਾਸੇ, ਰਾਜਨੀਤੀ ਹੈ, ਥੱਪੜ ਮਾਰ ਦਿੱਤਾ, ਅਸੂਲ ਦੀ ਉਲੰਘਣਾ ਕਰਨ ਲੱਗਿਆ ਸੀ, ਥੱਪੜ ਮਾਰ ਦਿੱਤੇ ਨੇ। ਬੱਚਾ ਰੋਣ ਲੱਗ ਪਿਆ ਪਰ ਬੱਚੇ ਦੀ ਰੁਚੀ ਨਹੀਂ ਬਦਲੀ। ਆਂਦਾ ਕੋਈ ਗੱਲ ਨਹੀਂ, ਹੁਣ ਮਾਰਿਆ ਨਾ, ਬਾਜ਼ਾਰ ਜਾਏਗੀ, ਬਾਅਦ ਵਿੱਚ ਤੋੜਾਂਗਾ। ਮਨ ਉੱਥੇ ਦਾ ਉੱਥੇ ਹੀ ਰਿਹਾ, ਜਿਹਦੇ ਲਈ ਟਾਲ ਸਕੀ ਇਹ ਰਾਜਨੀਤੀ। ਦੂਸਰੇ ਪਾਸੇ ਧਰਮ ਨੀਤੀ ਹੈ, ਇਹ ਰਾਜਨੀਤੀ ਹੈ, ਇਹ ਮਾਤਾ ਇਹ ਰਾਜਨੀਤੀ ਹੈ। ਇੱਕ ਪੜੋਸ ਵਿੱਚ ਹੋਰ ਮਾਂ ਹੈ, ਇਹ ਬਹੁਤ ਹੀ ਕੋਮਲ ਹੈ, ਇਹਦਾ ਬੱਚਾ ਵੀ ਉਹਦੇ ਵੱਲ ਵੇਖ ਕੇ ਦੇ ਖੈੜੇ ਪੈ ਗਿਆ, ਕਹਿੰਦਾ ਮਾਂ ਆਹ ਤੇਰੇ ਬਰਤਨ ਜਿਹੜੇ ਤੂੰ ਲਿਆਂਦੇ ਮੈਂ ਤੋੜਨ ਲੱਗਾ, ਇਹ ਵੇਖ ਕੇ ਲੱਗਿਆ ਉਹਦੇ ਵੱਲ। ਇਹਨੇ ਇੱਕ ਦੋ ਵਾਰੀ ਸਮਝਾਇਆ, ਆਖਿਆ ਮਾਂ ਪੁੱਤਰ ਇਹ ਬਰਤਨ ਨਹੀਂ ਤੋੜੀ ਦੇ, ਅਦਾ ਨਹੀਂ ਮੈਂ ਤੋੜਾਂਗਾ, ਅਦੇ ਨਹੀਂ ਨਹੀਂ ਗੱਲ ਸੁਣ, ਗੱਲ ਤੇ ਸੁਣ ਮੇਰੀ। ਬੱਚੇ ਨੂੰ ਬਾਹਰ ਫੜ ਲਿਆ, ਕਹਿੰਦੀ ਹੈ ਮੈਂ ਤੇਰੇ ਵਾਸਤੇ ਨਾ ਰਾਤ ਦੇ ਲੱਡੂ ਲਿਆ ਕੇ ਰੱਖੇ ਹੋਏ ਨੇ ਘਰ, ਤੈਨੂੰ ਲੱਡੂ ਦੇਣੇ ਨੇ ਤੇ ਨਾਲੇ ਤੈਨੂੰ ਇੱਕ ਬੜੀ ਪਿਆਰੀ ਕਹਾਣੀ ਸੁਣਾਉਣੀ ਹੈ ਮੈਂ। ਇਸ ਮਾਤਾ ਨੇ ਬੱਚੇ ਦੇ ਮੂੰਹ ਵਿੱਚ ਲੱਡੂ ਪਾ ਦਿੱਤਾ ਤੇ ਕੰਨ ਵਿੱਚ ਕਹਾਣੀ ਪਾ ਦਿੱਤੀ। ਬੱਚੇ ਦੀ ਉਹ ਰੁਚੀ ਭੁੱਲ ਗਈ ਹੈ, ਬਰਤਨ ਤੋੜਨਾ ਹੀ ਭੁੱਲ ਗਏ, ਬਦਲ ਕੇ ਰੱਖ ਦਿੱਤੀ, ਇਹਨੂੰ ਹੁਣ ਥੱਪੜ ਨਹੀਂ ਮਾਰਿਆ। ਇਹ ਧਰਮ ਨੀਤੀ ਹੈ, ਇੱਥੇ ਥੱਪੜ ਨਹੀਂ ਮਾਰਿਆ ਜਾਂਦਾ, ਇੱਥੇ ਕੋਈ ਥੱਪੜ ਨਹੀਂ। ਰਾਜਨੀਤੀ ਵਿੱਚ ਥੱਪੜ ਪਏਗਾ ਜਿਹੜਾ ਵੀ ਉਲੰਘਣਾ ਕਰੇਗਾ, ਕਰਕੇ ਵੇਖ ਲਓ, ਰੋਜ਼ ਵੇਖਦੇ ਆ ਲੋਕਾਂ ਨੂੰ ਪੈਂਦੇ ਨੇ। ਇੱਥੇ ਕੋਈ ਵੀ ਥੱਪੜ ਨਹੀਂ ਹੈ, ਇੱਥੇ ਸਮਝਾਇਆ ਜਾਏਗਾ ਕਥਾਵਾਂ ਨਾਲ, ਗੁਰਬਾਣੀ ਅਨੁਸਾਰ, ਵੇਦ ਸ਼ਾਸਤਰਾਂ ਦੇ ਪ੍ਰਮਾਣ, ਇਤਿਹਾਸ ਦੇ ਪ੍ਰਮਾਣ। ਇਹਦਾ ਨਾਮ ਹੈ ਧਰਮ ਨੀਤੀ ਬਣਬਣਾਈ ਗੁਰੂ ਕਿਆ ਨੇ। ਇਹ ਸਤਸੰਗ ਨੂੰ ਜਨਮ ਸਤਿਗੁਰਾਂ ਨੇ ਦਿੱਤਾ, ਇਸ ਵਾਸਤੇ ਮੈਂ ਅਰਜ਼ੀ ਕੀਤੀ ਸੀ, ਗੁਰੂ ਤੋਂ ਬਗੈਰ ਕੋਈ ਵੀ ਨਿਯਮਬੱਧ ਨਹੀਂ ਕਰ ਸਕਿਆ ਸੰਸਾਰ ਨੂੰ। ਇਹ ਮਰਜ਼ਾਦਾ ਗੁਰੂ ਕੀ ਹੈ, ਰਾਜਨੀਤੀ ਦੀ ਨਹੀਂ। ਕਈ ਕਹਿੰਦੇ ਜੀ ਯੁੱਗ ਬਦਲ ਜਾਂਦਾ, ਮੈਂ ਕਹਿੰਦਾ ਯੁੱਗ ਨਹੀਂ ਬਦਲਦਾ, ਯੁੱਗ ਤੇ ਸਮੇਂ ਦਾ ਨਾਮ ਹੈ। ਜਿਹੋ ਜਿਹਾ ਮਨੁੱਖ ਹੋ ਗਿਆ ਉਹੋ ਜਿਹਾ ਯੁੱਗ ਹੋ ਜਾਂਦਾ, ਜਿਹੋ ਜਿਹਾ ਮਨੁੱਖ ਬਣ ਜਾਏਗਾ ਉਹੋ ਜਿਹਾ ਸਮਾਂ ਬਣ ਜਾਏਗਾ। ਜਦੋਂ ਲੋਕੀ ਸੱਚ ਬੋਲਦੇ ਸਨ ਤੇ ਉਹਦੇ ਸਮੇਂ ਦਾ ਨਾਮ ਕੀ ਹੈ, ਸੱਤ ਯੁੱਗ। ਕਈ ਵਾਰੀ ਤੁਸੀਂ ਸੁਣ ਚੁੱਕੇ ਹੋਵੋਗੇ ਬਈ ਸੱਤ ਯੁੱਗ ਦਾ ਤੇ ਮਤਲਬ ਇਹ ਹੈ ਯੁੱਗ ਨਾਮ ਸਮੇਂ ਦਾ ਹੈ, ਤੇ ਜਦੋਂ ਲੋਕੀ ਸੱਚ ਬੋਲਦੇ ਸਨ ਉਹਦੇ ਸਮੇਂ ਦਾ ਨਾਮ ਹੈ, ਸੱਤ ਯੁੱਗ ਹੋ ਗਿਆ, ਹੋਰ ਤੇ ਕੋਈ ਗੱਲ ਨਹੀਂ ਨਾ। ਜਿਉਂ ਬਦਲਿਆ ਬਦਲਣ ਲੱਗਾ, ਲੋਕਾਂ ਨੂੰ ਝੂਠ ਬੋਲਣ ਦੀ ਜਾਂਚ ਆ ਗਈ ਤੇ ਯੁੱਗ ਬਦਲ ਗਿਆ। ਸਾਧੂ ਸਤਯੁਗ ਬੀਤਿਆ ਕਦੋਂ ਬੀਤਿਆ, ਅੱਧ ਸੀਲੀ ਤ੍ਰੇਤਾ ਆਇਆ, ਜਦੋਂ ਸੀਲਤਾ ਅੱਧੀ ਰਹਿ ਗਈ ਉਦੋਂ ਬਦਲਿਆ ਨਾ, ਐਵੇਂ ਤੇ ਨਹੀਂ ਬਦਲਿਆ, ਇਹ ਬਦਲਾਇਆ, ਸੀਲਤਾ ਛੱਡੀ ਕਹਿੰਦੀ ਸੀ, ਮਨੁੱਖ ਨਹੀਂ ਛੱਡੀ ਹੈ ਨਾ। ਸਤ ਸੰਤੋਖ ਦੈਵੀ ਗੁਣ ਮਨੁੱਖ ਵਿੱਚੋਂ ਨਿਕਲ ਗਏ, ਝੂਠ ਬੋਲਣ ਦੀ ਆਦਤ ਪੈ ਗਈ ਤੇ ਯੁੱਗ ਬਦਲ ਗਿਆ, ਇਸੇ ਤਰ੍ਹਾਂ ਹੀ ਅੱਗੇ ਹੈ। ਇਸ ਵਾਸਤੇ ਗੁਰੂ ਨਾਨਕ ਕਹਿੰਦੇ ਦੱਸੋ ਬਦਲਿਆ ਕੀ ਹੈ, ਸੋਈ ਚੰਦ ਚੜੇ ਸੇ ਤਾਰੇ, ਸੋਈ ਦਿਨੀਅਰ ਤਪਤ ਰਹਿ, ਸਾ ਧਰਤੀ ਸਾ ਪੌਣ ਝੁਲਾਰੇ, ਜੁਗ ਜੀਆ ਖੇਲਾ ਥਾਪ ਕੈਸੇ। ਉਹੀ ਧਰਤੀ ਹੈ, ਉਹੀ ਆਕਾਸ਼ ਹੈ, ਉਹੀ ਸੂਰਜ ਹੈ, ਉਹੀ ਚੰਦਰਮਾ, ਅੱਗ ਪੌਣ ਪਾਣੀ ਹਵਾ ਸਭ ਕੁਛ ਹੋਈ ਆ, ਫਿਰ ਬਦਲਿਆ ਕੀ ਹੈ ਦੱਸੋ। ਇੱਕ ਮਨੁੱਖ ਬਦਲਦਾ ਜਦੋਂ ਵੀ ਬਦਲੇਗਾ, ਜਦੋਂ ਮਨੁੱਖ ਥੱਲੇ ਨੂੰ ਚਲੇ ਗਿਆ ਨਾ, ਉਦੋਂ ਫਿਰ ਗੁਰੂ ਕਿਆ ਦੀ ਜ਼ਰੂਰਤ ਪਈ ਤੇ ਧਰਮ ਨੀਤੀ ਦੀ ਜ਼ਰੂਰਤ ਪੈ ਗਈ। ਧਰਮ ਨੀਤੀ ਵਾਲੇ ਆ ਗਏ ਮੈਦਾਨ ਵਿੱਚ, ਇਸ ਮਨੁੱਖ ਦੀ ਬਿਰਤੀ ਨੂੰ ਪਲਟਣ ਵਾਸਤੇ ਮੈਂ ਰਾਤੀ ਦੱਸਿਆ ਸੀ,
ਕਿ ਜਿਹੜਾ ਗੁਰੂ ਦਾ ਗਿਆਨ ਹੈ ਮਨੁੱਖ ਨੂੰ ਬਦਲ ਦਿੰਦਾ, ਸਕੂਲਾਂ ਦਾ ਗਿਆਨ ਮਨੁੱਖ ਨੂੰ ਬਦਲਦਾ ਨਹੀਂ। ਯਤਨ ਕਰ ਲਓ, ਸੰਸਾਰ ਨੂੰ ਮਨੁੱਖ ਦੀ ਬਿਰਤੀ ਨੂੰ ਬਦਲਣ ਵਾਲੇ ਆ ਗਏ। ਇਸ ਵਾਸਤੇ ਇਹ ਸਤਿਗੁਰਾਂ ਦੀ ਕਿਰਪਾ ਹੈ, ਸਾਰੀ ਸਤਸੰਗ ਬਣਾ ਦਿੱਤਾ, ਕਥਾ ਕੀਰਤਨ ਦੇ ਇਸ ਜ਼ਰੀਏ ਮਨੁੱਖ ਨੂੰ ਸਮਝਾਉਣਾ, ਥੱਪੜ ਨਹੀਂ ਮਾਰਿਆ ਕਿਤੇ ਵੀ। ਗੁਰੂ ਨਾਨਕ ਪਾਤਸ਼ਾਹ ਸਾਰੀ ਸੰਸਾਰ ਦਾ ਰਟਣ ਕੀਤਾ, ਪਰ ਕਿਤੇ ਵੀ ਕੋਈ ਦੱਸੇ ਵੀ ਉਹਨਾਂ ਦੇ ਹੱਥ 'ਚ ਡਾਂਗ ਸੀ ਜਾਂ ਕੋਈ ਛੋਟਾ ਸੀ ਜਾਂ ਕੋਈ ਪਸਤੌਲ ਸੀ, ਕੋਈ ਹੈ ਸੀ ਐਸਾ ਸ਼ਸਤਰ? ਬਿਲਕੁਲ ਨਹੀਂ ਸੀ। ਸ਼ਬਦ ਨਾਲ ਜਿੱਤਿਆ ਸਾਰਿਆਂ ਨੂੰ, ਸ਼ਬਦ ਜਿੱਤੀ ਸਦ ਮੰਡਲੀ ਕੀ ਤੋਸੀ ਆਪਣਾ ਪੰਥ ਨਿਰਾਲਾ ਹੈ ਨਾ ਗੱਲ। ਕਿਸੇ ਨੂੰ ਥੱਪੜ ਨਹੀਂ ਮਾਰਿਆ, ਆਪਣਾ ਉਦੇਸ਼ ਘਰ ਘਰ ਪਹੁੰਚਾ ਦਿੱਤਾ, ਪਰ ਥੱਪੜ ਤੋਂ ਬਗੈਰ ਨਿਯਮ ਬਣਾ ਦਿੱਤਾ ਗੁਰੂ ਨਾਨਕ ਨੇ। ਸੋ ਇਸ ਵਾਸਤੇ ਮੈਂ ਅੱਜ ਕਰਦਾ ਸਾਂ, ਅਸੀਂ ਸਾਰੇ ਇੱਥੇ ਗੁਰੂ ਵਾਲੇ ਇਕੱਠੇ ਹੋਏ ਹੋਏ ਆ, ਤੇ ਮੇਰਾ ਅੱਜ ਦਾ ਸ਼ਲੋਕ ਇਹ ਹੈ। ਕਬੀਰ ਕਹਿੰਦੇ ਨੇ ਕਿ ਗੁਰ ਲਾਗਾ ਤਬ ਜਾਣੀਏ ਮਿਟੇ ਮੋਹ ਤਨ ਤਾਪ। ਇੱਥੇ ਲਾਗਾ ਤੋਂ ਭਾਵ ਹੈ ਮਿਲਿਆ, ਆਂਦੇ ਨੇ ਗੁਰੂ ਮਿਲਿਆ ਤਾਂ ਸਮਝ ਲਿਓ, ਤਾਂ ਸਮਝ ਲੈਣਾ ਆਪਣੇ ਆਪਣੇ ਮਨ ਵਿੱਚ ਭਾਈ ਅਸੀਂ ਗੁਰੂ ਆਏ ਆ ਜਾਂ ਗੁਰੂ ਸਾਨੂੰ ਮਿਲਿਆ ਜਾਂ ਅਸੀਂ ਗੁਰੂ ਨੂੰ ਮਿਲੇ ਆ। ਇਹ ਉਦੋਂ ਸਮਝ ਲੈਣਾ ਜਦੋਂ ਤੁਹਾਡੇ ਅੰਦਰੋਂ ਈਰਖਾ, ਦਵੈਤ, ਮੋਹ ਤੇ ਕ੍ਰੋਧ, ਹੰਕਾਰ ਇਹ ਤਨ ਨੂੰ ਤਪਾਉਣ ਵਾਲੀਆਂ ਚੀਜ਼ਾਂ ਨੇ। ਸਾਡੇ ਸਰੀਰ ਨੂੰ ਗਰਮ ਕਰਨ ਵਾਲਾ ਕੀ ਹੈ? ਸਭ ਤੋਂ ਵੱਡਾ ਕ੍ਰੋਧ ਹੈ, ਈਰਖਾ, ਨਫ਼ਰਤ, ਨਿੰਦਾ ਇੱਕ ਦੂਜੇ ਦੀ ਕਰਨੀ, ਹੰਕਾਰ ਕਰਨਾ, ਇਹ ਤਨ ਨੂੰ ਤਪਾਉਣ ਵਾਲੀਆਂ ਸ਼ਕਤੀਆਂ ਨੇ। ਕਹਿੰਦੇ ਨੇ ਜੇ ਤੇ ਇਹ ਨਿਕਲ ਗਈਆਂ ਨੇ ਅੰਦਰੋਂ ਸਾਡੇ, ਇਹਦੇ ਉੱਤੇ ਮੈਂ ਕੁਛ ਆਪਦੇ ਸਾਹਮਣੇ ਅਰਜ਼ਾ ਕਰਨੀਆਂ ਨੇ। ਜੇ ਤੇ ਇਹ ਸਾਡੇ ਅੰਦਰੋਂ ਨਿਕਲ ਗਿਆ ਤੇ ਸਮਝ ਲੈਣਾ ਬਈ ਸਾਸੀ ਗੁਰੂ ਵਾਲੇ, ਤੇ ਜੇ ਨਹੀਂ ਨਿਕਲਿਆ, ਇਹ ਬਿਮਾਰੀਆਂ ਅੰਦਰੇ ਹੀ ਨੇ, ਤੇ ਫਿਰ ਐਵੇਂ ਦਾ ਆਖਣਾ ਵੀ ਅਸੀਂ ਉੱਥੋਂ ਦਰਸ਼ਨ ਕਰਕੇ ਆਏ ਤੇ ਸਤਿਗੁਰਾਂ ਨੂੰ ਮਿਲ ਕੇ ਆਏ। ਕਬੀਰ ਨਹੀਂ ਮੰਨਦਾ, ਗੁਰਬਾਣੀ ਦਾ ਪੰਕਤੀ ਹੈ, ਇਹਦੇ ਉੱਤੇ ਅਰਜ ਕਰਨ ਲੱਗਾ। ਇੱਕ ਵਾਰੀ ਗੱਲ ਕੀ ਆਖੋ, ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਗੁਰੂ ਨਾਨਕ ਪਾਤਸ਼ਾਹ ਸੀ ਜੁਗਤ ਜੋਗੀ ਮੰਨਿਆ, ਉਹਨਾਂ ਦੁਨੀਆਂ ਨੂੰ ਸਮਝਾਉਣ ਵਾਲੇ, ਆਪਣਾ ਪ੍ਰਕਾਸ਼ ਲੈ ਕੇ ਆਏ, ਦੁਨੀਆਂ ਦੀ ਤਕਦੀਰ ਵਿਗੜੀ ਹੋਈ ਸਵਾਰ ਦਿੱਤੀ ਹਿੰਦੁਸਤਾਨ। ਕਿਸੇ ਕਵੀ ਨੇ ਲਿਖਿਆ, ਕਹਿੰਦਾ ਸਵਾਰੀ ਇਸ ਤਰ੍ਹਾਂ ਸੰਸਾਰ ਦੀ ਤਕਦੀਰ ਨਾਨਕ ਨੇ, ਕਰਮ ਕਲਯੁਗ ਤੇ ਕੀਤਾ ਆਣ ਕੇ ਕਾਲੂ ਦੇ ਪੁੱਤਰ ਨੇ, ਮਿਟਾਇਆ ਵੈਰ ਜਗ ਤੋਂ ਨਾਨਕੀ ਦੇ ਵੀਰ ਨਾਨਕ ਨੇ, ਝਰੀਟਾਂ ਮੇਟ ਕੇ ਕਰਮਾਂ ਦੀਆਂ ਤੇ ਪੋਚ ਕੇ ਦੁਬਤਾ, ਲਿਖਾਈ ਦਿਲਾਂ ਉੱਤੇ ਨਾਮ ਦੀ ਤਹਿਰੀਰ ਨਾਨਕ ਨੇ, ਉਹਦੀ ਰਸ ਭਿੰਨੜੀ ਬਾਣੀ ਬਣਾਏ ਰਾਖਸ਼ੋ ਬੰਦੇ, ਮਿਟਾ ਕੇ ਕੌੜ ਮਿੱਠਤ ਦੀ ਭਰੀ ਤਾਸੀਰ ਨਾਨਕ ਨੇ, ਜੁੱਗਾਂ ਤੋਂ ਚਕੜ ਕੇ ਰੱਖੀ ਸੀ ਜਿਸਨੇ ਜਾਨ ਆਦਮ ਦੀ, ਉਹ ਤੋੜੀ ਵਿਤਕਰੇ ਤੇ ਵਹਿਮ ਦੀ ਜੰਜੀਰ ਨਾਨਕ ਨੇ, ਉਹ ਮਾਲਾ ਮਾਲ ਹੋ ਗਏ ਲੋਕ ਤੇ ਪਰਲੋਕ ਦੋਵਾਂ ਵਿੱਚ, ਜਿਨ੍ਹਾਂ ਦੇ ਨਾਮ ਲਾਈ ਨਾਮ ਦੀ ਜਾਗੀਰ ਨਾਨਕ ਨੇ, ਵਿਖਾ ਕੇ ਰੱਤ ਚੋਂਦੀ ਵੇਲੜਾਂ ਦੇ ਮਾਰ ਪੂੜੇ ਚੋਂ, ਵਧਾਈ ਕਿਰਤ ਕਰਕੇ ਖਾਣ ਦੀ ਤੌਕੀਰ ਨਾਨਕ ਨੇ, ਤੇ ਕਹਿੰਦੇ ਨੇ ਗੁਰੂ ਨਾਨਕ ਦੀਆਂ ਨੇ ਬਖਸ਼ਿਸ਼ਾਂ ਸਭ ਆਖਦੇ ਹਿੰਦੂ ਤੇ ਮੁਸਲਮ, ਕਹਿਰ ਕੀਤੀ ਮਿਹਰ ਸਾਡੇ ਪੀਰ ਨਾਨਕ ਨੇ, ਅਮਰ ਚੰਗੇ ਸਚਾਈ ਪਿਆਰ ਸੇਵਾ ਵੰਡ ਕੇ ਛਕਣਾ, ਇਹ ਦੱਸੀ ਨੇਕ ਜੀਵਨ ਜੀਉਣ ਦੀ ਤਦਵੀਰ ਨਾਨਕ ਨੇ। ਆ ਗਏ ਸੰਸਾਰ ਵਿੱਚ, ਸੰਸਾਰ ਦਾ ਰਤਨ ਕਰਨਾ ਹੀ ਸੀ, ਪਰ ਧਿਆਨ ਰੱਖਣਾ ਜਿਨ੍ਹਾਂ ਨੇ ਵੀ ਗੁਰੂ ਕੇ ਦਰਸ਼ਨ ਕੀਤੇ, ਜਿਹੜੇ ਸਤਿਗੁਰ ਦੇ ਨੇੜੇ ਹੋ ਗਏ, ਗੁਰੂ ਚਰਨਾਂ ਦਾ ਸਪਰਸ਼ ਜਿਨ੍ਹਾਂ ਨੇ ਕੀਤਾ, ਉਹਨਾਂ ਦਾ ਜੀਵਨ ਬਦਲ ਗਿਆ ਤੇ ਪਤਾ ਲੱਗਦਾ ਕਿ ਇਹ ਸਤਿਗੁਰੂ ਨੂੰ ਮਿਲੇ ਨੇ। ਐਸੇ ਜੀਵਨ ਕੁਛ ਇਤਿਹਾਸ ਵਿੱਚ ਆਪਦੇ ਸਾਹਮਣੇ ਰੱਖਣਾ। ਗੁਰੂ ਨਾਨਕ ਪਾਤਸ਼ਾਹ ਛੋਟੀ ਉਮਰ ਹੈ, ਅਜੇ ਉਹ ਸਮਾਂ ਹੈ ਜਦੋਂ ਮੱਝਾਂ ਚਾਰਦੇ ਸਨ। ਇੱਕ ਦਿਨ ਸੁੱਤੇ ਪਏ ਨੇ ਤੇ ਸੂਰਜ ਚੜ ਕੇ ਆ ਗਿਆ, ਸੁੱਤੇ ਨੇ, ਉੱਠੇ ਹੀ ਨਹੀਂ। ਮਾਤਾ ਤ੍ਰਿਪਤਾ ਨੇ ਤੁਲਸਾ ਨੌਕਰਾਣੀ ਨੂੰ ਆਵਾਜ਼ ਮਾਰੀ, ਤੁਲਸਾ, ਹਾਂਜੀ ਮਾਤਾ ਜੀ, ਜਰਾ ਨਾਨਕ ਨੂੰ ਜਗਾਈ, ਅੱਜ ਸੁੱਤਾ ਹੀ ਉੱਠਿਆ ਹੀ ਨਹੀਂ। ਇਹਦੇ ਲੋਕੀ ਬੱਚੇ ਸਾਰੇ ਬੱਚਾ ਚਲੇ ਲੈ ਕੇ ਚਲੇ ਗਏ ਨੇ, ਪਸ਼ੂ ਲੈ ਕੇ ਚਲੇ ਗਏ ਨੇ, ਜਾ ਜਗਾ ਜਾ ਕੇ। ਤੁਲਸਾ ਘਰ ਦੀ ਨੌਕਰਾਣੀ ਜਗਾਉਣ ਚੱਲੀ ਹੈ, ਜਿਹੜੀ ਕਿ ਗੁਰੂ ਨਾਨਕ ਨੂੰ ਖੁਦਾ ਮੰਨਦੀ ਹੈ, ਗੁਰੂ ਨਾਨਕ ਨੂੰ ਆਪਣਾ ਰਹੀਬਰ ਮੰਨਦੀ ਹੈ। ਮੈਂ ਕਹਿੰਦਾ ਪਹਿਲੀ ਕਿਰਨ ਗੁਰੂ ਨਾਨਕ ਪਾਤਸ਼ਾਹ ਦੀ ਇਸ ਤੁਲਸਾ ਤੇ ਪਈ ਹੈ, ਰਹੀਬਰ ਬਣ ਕੇ ਚੱਲੀ ਹੈ ਜਗਾਉਣ ਵਾਸਤੇ। ਹੁਣ ਬਚਨ ਤੇ ਮੰਨਣਾ ਸੀ ਨਾ, ਜਗਾਉਣ ਵਾਸਤੇ ਚੱਲੀ ਹੈ। ਕਹਿੰਦੇ ਨੇ ਤੁਲਸਾ ਨੌਕਰਾਣੀ ਜਾਨੀ, ਪ੍ਰੀਤਮ ਹੈ ਗਿਆਨੀ ਧਿਆਨੀ, ਕੈਸੇ ਅਬ ਪ੍ਰੇਮ ਕਰ ਪ੍ਰਭੂ ਕੋ ਜਗਾਊਂ ਮੈਂ। ਮੈਂ ਗੁਰੂ ਨਾਨਕ ਨੂੰ ਕਿਸ ਤਰ੍ਹਾਂ ਜਗਾਵਾਂ? ਮਨਾ ਹੁਕਮ ਤੇ ਕਰ ਦਿੱਤਾ ਮਾਤਾ ਨੇ, ਪਰ ਕਿਸ ਤਰੀਕੇ ਨਾਲ ਜਗਾਵਾਂ, ਕੀ ਤਰੀਕਾ ਅਖਤਿਆਰ ਕਰਾਂ? ਉਹ ਰਹੀਬਰ ਹੈ, ਮੈਂ ਇੱਕ ਮਾਮੂਲੀ ਨੌਕਰਾਣੀ,
आवाज दे बुलाऊं जाके हाथ से हलाऊं हाथ हाथ है अशुद्ध हाथ कैसे क्या लगाऊं आंदिया मैं आवाज मार के बुलावा के जहां मैं अपना हाथ ला के हला दिया फिर सोच दिया है भाई हाथ भी अशुद्ध है मेरा हाथ अपवित्र है वो पवित्र हस्ती है इस वास्ते मैं किस तरह जगा सकनी है उन्हूं ये सोचनी पई है खटिया के आस पास घुम घुम के जाग मेरे प्रभु तो है कब की जगाऊं मैं चार फेरे पड़ के फिर दी पई है मैं किस तरह जगावा किते अपने आप ही उठ बैठ दे ठीक है ऐसा सोच रही है खटिया के आस पास घुम घुम कहने लगी जाग मेरे प्रभु तो है कब की जगाऊं मैं कहते रे सोच 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 अंत सोच सोची खालसा जी ते चरणों के साथ जीव अपनी कसाऊं मैं विचार कर रही अब यह मैं इस तरह करा के गुरु नानक जी ने मैं उस तरह से उठा नहीं सकती हो सकता है भाई मैं इस तरह कर लवा चरण चटन लग पी नहीं है आप उठ बैठ गए पैंदा वाल बैठी है चादर चुकी है चरणा तो अपनी जीव दे नाल जबान दे नाल गुरु नानक जी दे चरण चटने शुरू किए ते इतिहासकार कहिंदा है चरण बोसे गुरु के जब मौला की मस्ती पा गई खादम से होई खुदा अब अल्लाह की हस्ती पा गई मैं तू के झगड़े मिट गए अब तू तू करती तू होई पूंजी खुदा के घर की महंगी थी सस्ती पा गई चरण चटे स्पर्श हो गए नाल स्पर्श करन तो त्रिलोकी तिन्ना त्रिकालदर्शी बन गई मस्तानी ते दीवानी होई फिर दी है वेड़े विच एवे अपने आप ही वचन करी जांदी है होवे नहीं क्यों ना मैं कहना गुरु चरणा दा गुरु का दर्शन ही ऐसा लिखिया गुरबाणी विच कहंदे ने अंतर प्यास उठी प्रभ केरी सुन गुर बचन मन तीर लगैया मन की बिरथा मन ही जाने अवर के जाने पीर परैया राम गुर वो हर वो मन लैया हौ आकुल बिकल भई गुर देखे हौ लोट पोट होए भैया गुर सिख ते गुरु का दर्शन देखदा लोट पोट हो जांदा ए ते चरण चट ले जसवे चरण चटे ते मुस्तानी हो गई और हो जांदे ने किसे ने आखिया ना Oh, yeah.
गई, खादम से होई खुदा अब अल्लाह की हस्ती पा गई, मैं तू के झगड़े मिट गए, ऊपर चले गई संसार पद्धत तो उच्ची हो गई, मैं तू के झगड़े तो इतने दुनिया बेची ने ना, ते जरा उच्चा हो जाए। कबीर कहता अब तू तू करता तू हुआ इथे पहुंचा वे, और सतगुरु वाला सी गुरु चरणा ने स्पर्श किया, कहता हूं मैं तेरा रूप हो गया, खुदा नु कहता तेरा रूप हो गया मैं, अब कबीर तू तू करता तू हुआ, मुझ में रहा ना हूं, तेनू पता कि लगे, कहता हंकार नहीं रहा अंदर, हूं गुरु नहीं रहा, हंकार मिट गया, भाई किस तरह मिटिया किस तरह, कहता बस ऐसा गुरु की कृपा हो गई है, जब आपा परका मिट गया जब देखा तत तू, ये उदो पता लगा जो अपने ते बेगाने की होश नहीं रही, अपना कौन है ते बेगाना कौन है, ये गुरु चरणा तो मिलती जे, ये पदवी गुरु चरणा तो मिली है, ये सतगुरु की कृपा जी चरणा नु छू के इथों तक पहुंच गया, जब आपा परका मिट गया अंदरों दूई निकल गई, दबैत निकल गई, नफरत निकल गई, क्रोध निकल गई, हंकार निकल गया, अंदरों इस वास्ते इथे पहुंचे है, ए तुई का जब उठा पर्दा अजब एक माजरा देखा, तुई का जब उठा पर्दा अजब एक माजरा देखा, ਸਤਿਗੁਰਾਂ ਦੇ ਚਰਨਾਂ ਨਾਲ ਸਪਰਸ਼ ਕਰਦਿਆਂ ਮਨ ਨਿਰਭਰ ਹੋ ਗਿਆ।
ਤੇ ਜਦੋਂ ਮਨ ਨਿਰਮਲ ਹੋ ਜਾਏ ਤੇ ਫਿਰ ਅੰਦਰੇ ਹੀ ਸਾਰਿਆਂ ਨੂੰ ਬ੍ਰਹਮ ਸਮਝੇਗਾ, ਸਭ ਵਿੱਚ ਖੁਦਾ ਨੂੰ ਪਰਮੇਸ਼ਰ ਨੂੰ ਵੇਖ ਲੈਂਦਾ ਹੈ। ਐਸਾ ਬਣ ਕੇ ਵੇਖੇ ਕਬੀਰ ਕਹਿੰਦੇ ਨੇ, ਕਹਿੰਦੇ ਕਬੀਰ ਮਨ ਨਿਰਮਲ ਪਾਇਆ ਜੈਸਾ ਗੰਗਾ ਨੀਰ। ਹੁਣ ਫਿਰ ਕਿੱਥੇ ਪਹੁੰਚਿਆ ਤੂੰ? ਕਹਿੰਦਾ ਹੁਣ ਪਾਛੇ ਲਾਗੋ ਹਰ ਫਿਰੇ ਕਹੇ ਕਬੀਰ ਕਬੀਰ। ਹੁਣ ਦੁਨੀ ਉਹ ਮੈਨੂੰ ਲੱਭਦਾ ਫਿਰਦਾ ਜਿਹਨੂੰ ਦੁਨੀਆਂ ਲੱਭਦੀ ਫਿਰਦੀ ਹੈ, ਉਹ ਮੈਨੂੰ ਆਵਾਜ਼ਾਂ ਮਾਰਦਾ ਫਿਰਦਾ। ਇੱਥੇ ਪਹੁੰਚ ਗਿਆ ਬਾਬਾ ਕੰਧਾਰਾ ਸਿੰਘ ਜੀ ਨੂੰ। ਇਹ ਨਹੀਂ ਸੀ ਪਤਾ ਲੱਗਦਾ ਕਿ ਪ੍ਰਸ਼ਾਦਾ ਜਿਹੜਾ ਉਹ ਸਿੱਖ ਛੱਗ ਰਿਹਾ ਕਿ ਗੁਰੂ ਹਰੀ ਸਿੰਘ ਜੀ ਛੱਗਦੇ ਪਏ। ਇਹ ਨਹੀਂ ਸੀ ਪਤਾ ਲੱਗਦਾ ਕਿ ਸਰਦਾਰੀ ਸਤਗੁਰੂ ਜੀ ਛੱਗ ਰਹੇ ਨੇ ਕਿ ਸਿੱਖ ਛੱਗਦਾ ਪਿਆ। ਸਰਦਾਰੀ ਘੋਟਣੀ ਸਵੇਰੇ ਪਹਿਲਾਂ ਸਭ ਤੋਂ, ਤੇ ਕਿਸੇ ਨੇ ਹੁਣ ਕੰਧਾਰਾ ਸਿੰਘ ਜੀ ਸਰਦਾਰੀ ਤਿਆਰ ਆ, ਤਿਆਰ ਆ ਜੀ ਬੈਠੋ ਛਗੋ, ਆਪ ਹੀ ਆਖ ਛਗੋ ਜੀ ਬੈਠੋ, ਛਕਾ ਦੇਣੀ ਫਿਰ ਘੋਟਣ ਲੱਗ ਪੈਣਾ, ਫਿਰ ਕੋਈ ਆ ਜਾਣਾ ਫਿਰ ਛਕਾ ਦੇਣੀ। ਇੱਕ ਦਿਨ ਸੱਤ ਵਾਰੀ ਸ਼ਗਤ ਸਰਦਾਈ ਆ ਗਈ, ਸੱਤਵੀਂ ਵਾਰ ਪਹੁੰਚੇ ਸਤਗੁਰਾਂ ਦੇ ਕੋਲ ਆਸਣ ਤੱਕ, ਸਰਦਾਈ ਲੈ ਕੇ ਇਹਦੇ ਰਾਹ ਚ ਹੀ ਪੀ ਜਾਣ ਸਾਰੀ। ਸੱਤਵੀਂ ਵਾਰ ਪਹੁੰਚੇ ਜਿਸ ਵੇਲੇ ਕਵੇਲਾ ਕਾਫੀ ਹੋ ਗਿਆ, ਜਾ ਕੇ ਸਾਹਮਣੇ ਖਲੋ ਕੇ ਤੇ ਰੋਣ ਲੱਗ ਪਏ ਕੰਧਾਰਾ ਸਿੰਘ ਜੀ, ਰੋਣ ਲੱਗ ਪਏ। ਇਸ ਪਾਰੋਂ ਭਾਈ ਗੁੱਸੇ ਨਾ ਹੋਣ ਸੱਚੇ ਪਾਤਸ਼ਾਹ, ਭਾਈ ਤੂੰ ਕਵੇਲਾ ਕਰ ਦਿੱਤਾ। ਜਿਸ ਵੇਲੇ ਸਤਗੁਰਾਂ ਨੇ ਵੇਖਿਆ ਨਾ ਵੀ ਕੰਧਾਰਾ ਸਿੰਘ ਖਲੋਤਾ ਹੋਇਆ, ਸਤਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਉੱਠ ਕੇ ਆਸਣ ਤੋਂ ਉੱਠ ਕੇ ਗੜਵਾ ਫੜ ਲਿਆ ਉਤੋਂ ਸਿਰ ਦਿਓ, ਆਖਣ ਲੱਗੇ ਕੰਧਾਰਾ ਸਿਆ ਉਹ ਤੂੰ ਰੋਂਦਾ ਕਿਉਂ ਹੈ? ਅਸਲੀ ਸਰਦਾਈ ਤੂੰ ਅੱਜ ਮੈਨੂੰ ਸਿਖਾਈ ਹੈ, ਕਵਾਲ ਕਰ ਦਿੱਤੀ ਤੂੰ, ਇਸੇ ਤਰ੍ਹਾਂ ਹੀ ਸਰਦਾਈ ਸ਼ਿਕਾਇਆ ਕਰ ਜਿਸ ਤਰ੍ਹਾਂ ਅੱਜ ਸ਼ਿਕਾਈ ਹੈ। ਖੁਸ਼ ਹੋ ਗਿਆ, ਆਖਣ ਲੱਗਿਆ ਚਲੋ ਮੇਰੀ ਘਰਾਂ ਦੇ ਥਾਂ ਪੈ ਗਈ, ਕਿੱਥੇ ਪਹੁੰਚੀ ਹੈ ਨਹੀਂ ਪਤਾ ਲੱਗਾ। ਐਸਾ ਹੀ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਆਈ ਸੋਧਰੇ ਕੋਪਰੇ ਦੀ ਸੰਗਤ, ਦਰਸ਼ਨਾਂ ਵਾਸਤੇ ਅਨੰਦਪੁਰ ਦੀ ਰਚਨਾ ਹੁੰਦੀ ਪਈ ਹੈ। ਪਤਾ ਲੱਗਾ ਸੰਗਤਾਂ ਨੂੰ ਸਤਗੁਰੂ ਜੀ ਇੱਥੇ ਆਏ ਨੇ, ਸੰਗਤਾਂ ਨੇ ਵਹੀਰਾ ਘੱਟ ਲਈਆਂ ਦਰਸ਼ਨਾਂ ਵਾਸਤੇ। ਇਹਨਾਂ ਵਿੱਚ ਇੱਕ ਪਰਿਵਾਰ ਦਾ ਬੱਚਾ ਆਇਆ ਕੋ 12-13 ਸਾਲ ਦਾ, ਚਾਰ ਕੁ ਦਿਨ ਰਹੇ ਸੇਵਾ ਕੀਤੀ, ਛੁੱਟੀਆਂ ਲਈਆਂ ਸਤਗੁਰਾਂ ਕੋਲੋਂ ਵਾਪਸ ਜਾਣ ਦੀਆਂ, ਇਹ ਬੱਚਾ ਆਕੜ ਬੈਠਾ ਕਹਿੰਦਾ ਮੈਂ ਨਹੀਂ ਜਾਣਾ ਘਰ। ਸਮਝਾਇਆ ਬੜਾ ਤੂੰ ਘਰ ਦੇ ਕਈ ਕੰਮ ਕਰਨੇ ਨੇ, ਤੇਰਾ ਸ਼ਾਦੀ ਕਰਾਂਗੇ, ਉਹ ਕਰਾਂਗੇ, ਆਹ ਕਰਾਂਗੇ, ਕਈ ਵਿਹਾਰ ਨੇ, ਮੰਨਦਾ ਨਹੀਂ। ਇਹਨਾਂ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਅਰਜ਼ ਕੀਤੀ, ਪਾਤਸ਼ਾਹ ਬੱਚਾ ਨਹੀਂ ਮੰਨਦਾ ਵਾਪਸ ਜਾਣ ਵਾਸਤੇ, ਤੁਸੀਂ ਹੁਕਮ ਕਰਦੇ ਹੋ ਇਹ ਚਲਿਆ ਜਾਵੇ ਸਾਡੇ ਨਾਲ ਚੱਲੇ। ਸਤਗੁਰਾਂ ਪੁੱਛਿਆ ਵੀ ਕੀ ਗੱਲ, ਕਹਿੰਦਾ ਕੀ ਹੈ? ਕਹਿੰਦਾ ਜੀ ਮੈਂ ਇੱਥੇ ਹੀ ਰਹਿਣਾ ਤੇ ਇੱਥੇ ਹੀ ਸੇਵਾ ਕਰਾਂਗਾ ਗੁਰੂ ਘਰ ਦੀ। ਉਹਨੇ ਬੱਲੇ ਇਹ ਬੱਚਾ ਤੇ ਫਿਰ ਬੜਾ ਸੁਹਾਣਾ ਤਗੜਾ ਸੇਵਕ ਹੈ, ਕਿ ਰਹਿਣ ਦਿਓ, ਇਹ ਵੀ ਤੇ ਸਾਧ ਸੰਗਤ ਦਾ ਹੀ ਘਰ ਆ ਨਾ, ਰਹਿਣ ਦਿਓ ਇੱਥੇ ਹੀ। ਫਿਰ ਨਾ ਮਨ ਮੰਨਿਆ, ਲਿਆਏ ਬੱਚੇ ਨੂੰ, ਸੱਚੇ ਪਾਤਸ਼ਾਹ ਤੁਸੀਂ ਆਖੋ ਸਾਡਾ ਤੇ ਹੋਰ ਕੋਈ ਆਸਤਾ ਨਹੀਂ ਕੋਈ। ਸਤਗੁਰਾਂ ਆਖਿਆ ਬਈ ਇਸ ਤਰ੍ਹਾਂ ਕਰ, ਕਾਕਾ ਤੂੰ ਜਾ ਚਲਿਆ ਜਾ ਮਾਤਾ ਪਿਤਾ ਦੇ ਨਾਲ, ਮਾਤਾ ਪਿਤਾ ਦੁਨੀਆਂ ਵਿੱਚ ਇੱਕ ਸਹਾਰਾ ਹੁੰਦੇ ਨੇ, ਤੂੰ ਅਜੇ ਬੜੇ ਕੰਮ ਕਰਨੇ ਨੇ। ਸਮਝਾਇਆ, ਇਹ ਕਹਿੰਦਾ ਨਹੀਂ ਮਹਾਰਾਜ ਜੀ ਇਸ ਤਰ੍ਹਾਂ ਨਹੀਂ, ਕਹਿੰਦਾ ਸੱਚੇ ਪਾਤਸ਼ਾਹ ਤੇਰੇ ਵਰਗਾ ਸਹਾਰਾ ਦੁਨੀਆਂ ਵਿੱਚ ਹੈ ਨਹੀਂ ਕੋਈ, ਇਹ ਜੀ ਸਹਾਰਾ ਮਿਲ ਗਿਆ ਤੇਰਾ ਸਹਾਰੇ ਹੋਰ ਕੀ ਕਰਨੇ, ਸਹਾਰਾ ਮਿਲ ਗਿਆ ਤੇਰਾ ਸਹਾਰੇ ਹੋਰ ਕੀ ਕਰਨੇ, ਤੇਰੇ ਚਰਨਾਂ ਦੇ ਤੇਰੇ ਤੇਰੇ
ਚਰਨਾਂ ਤੇ ਸਿਰ ਧਰ ਕੇ ਨਵੀਂ ਦੁਨੀਆ ਵਸਾ ਦਿੱਤੀ। ਮੈਂ ਤੇ ਦੁਨੀਆ ਹੋਰ ਵਸਾ ਲਈ ਆ। ਹੁਣ ਤੇਰੇ ਚਰਨਾਂ ਤੋਂ ਮਿਲੀ ਹੈ ਗੱਲ, ਤੇਰੇ ਚਰਨਾਂ ਤੋਂ, ਤੇਰੇ ਚਰਨਾਂ ਤੇ ਸਿਰ ਧਰ ਕੇ ਨਵੀਂ ਦੁਨੀਆ ਵਸਾ ਦਿੱਤੀ। ਕਿਨਾਰਾ ਮਿਲ ਗਿਆ ਮੈਨੂੰ, ਕਿਨਾਰੇ ਹੋਰ ਕੀ ਕਰਨੇ। ਦੁਰਾਡਾ ਚਰਨ ਕਮਲਾ ਤੋਂ ਇਹ ਸੇਵਕ ਰਹਿ ਨਹੀਂ ਸਕਦਾ। ਦੀਦਾਰਾ ਮਿਲ ਗਿਆ ਤੇਰਾ, ਦੀਦਾਰੇ ਹੋਰ ਕੀ ਕਰਨੇ। ਹੁਣ ਮੈਂ ਹੋਰ ਕਿੱਥੇ ਜਾਣਾ ਸੱਚੇ ਪਾਤਸ਼ਾਹ, ਇੱਥੇ ਹੀ ਰਹਿਣ ਦਿਓ। ਸਤਿਗੁਰ ਆਖਿਆ ਵੀ ਜਾਓ, ਬੱਚਾ ਜਿੱਦ ਕਰਦਾ ਤੇ ਚਲੋ ਕੋਈ ਗੱਲ ਨਹੀਂ, ਇਹ ਵੀ ਸਾਧ ਸੰਗਤ ਦਾ ਘਰ ਹੈ। ਚਲੇ ਗਏ, ਬੱਚਾ ਗੁਰੂ ਚਰਨਾਂ ਚ ਰਹਿ ਪਿਆ। ਕਹਿੰਦਾ ਮਹਾਰਾਜ ਜੀ ਸੇਵਾ ਦੱਸੋ, ਆਂਦਰ ਲੰਗਰ ਵਾਸਤੇ ਜਲ ਢੋਇਆ ਕਰ, ਨਾ ਘਟਾਈਆ ਹੈ। ਲੰਗਰ ਦੀ ਸੇਵਾ ਵਿੱਚ ਲੱਗ ਗਿਆ। ਸੇਵਾ ਕਰਦਿਆਂ ਕਰਦਿਆਂ ਉੱਚੀ ਜਵਾਨੀ ਵਿੱਚ ਆਇਆ। ਗੁਰੂ ਤੇਗ ਬਹਾਦਰ ਦਾ ਸਮਾਂ ਬਦਲ ਗਿਆ, ਗੁਰੂ ਗੋਬਿੰਦ ਸਿੰਘ ਜੀ ਦਾ ਸਮਾਂ ਆ ਗਿਆ ਤੇ ਮੱਝਾਂ ਦਾ ਸਾਰੀ ਬਦਲ ਦਿੱਤੀ। ਸਾਧੂ ਲੜਾਈਆਂ ਜੰਗ ਯੁੱਧ ਵਾਸਤੇ ਤਿਆਰੀਆਂ ਹੋ ਗਈਆਂ ਤੇ ਲੜਾਈਆਂ ਹੋਣ ਲੱਗ ਪਈਆਂ, ਜੰਗ ਹੋਣ ਲੱਗ ਪਏ ਤੇ ਫਿਰ ਇਹ ਸੇਵਾ ਹੀ ਕਰੀ ਜਾਂਦਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇੱਕ ਵਾਰੀ ਕੁਰਖੇਤਰ ਦੇ ਸੂਰਜ ਗ੍ਰਹਿਣ ਦੇ ਮੇਲੇ ਤੇ ਆਏ। ਇੱਥੋਂ ਜਾਣਾ ਸੀ ਕੋਈ 500 ਸਿੱਖ ਸੀ ਨਾਲ। ਵਾਪਸ ਚੱਲੇ ਤੇ ਚਮਕੌਰ ਖਲੋਤੇ ਹੋਏ ਜਾਂਦੇ ਹੋਏ। ਇੱਥੋਂ ਲਾਹੌਰ ਤੋਂ ਦੋ ਸੈਨਾਪਤੀ ਔਰੰਗਜ਼ੇਬ ਦੇ ਆ ਰਹੇ ਸਨ ਦਿੱਲੀ ਨੂੰ। ਪਹਾੜੀ ਰਾਜਿਆਂ ਨੇ ਇਹਨਾਂ ਅੱਗੇ ਸ਼ਿਕਾਇਤ ਕੀਤੀ ਭਾਈ ਰਸਤੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜਾਂਦੇ ਜਾਂਦੇ ਗ੍ਰਿਫਤਾਰ ਕਰਕੇ ਲੈ ਰਹੇ, ਤੁਹਾਡਾ ਕੀ ਵਿਗੜਦਾ? ਲੜਾਈ ਤੇ ਜੋ ਖਰਚਾ ਹੋਏਗਾ ਅਸੀਂ ਕਰ ਦਿਆਂਗੇ, ਇਹਨਾਂ ਮੰਨ ਲਿਆ। ਉਹਨਾਂ ਆਖਿਆ ਕੋਈ ਗੱਲ ਨਹੀਂ, ਚਮਕੌਰ ਟਾਕਰਾ ਹੋ ਗਿਆ। ਡਾਕਰਾ ਇਸ ਟਾਕਰੇ ਦੇ ਵਿੱਚ ਸਯਾਦ ਬੇਗ ਤੇ ਅਲਫ ਖਾਨ ਦੋ ਸੈਨਾਪਤੀ ਸਨ। ਅਲਫ ਖਾਨ ਨੱਸ ਗਿਆ ਤੇ ਸਯਾਦ ਬੇਗ ਸ਼ਹੀਦ ਹੋ ਗਿਆ, ਬੇਹੋਸ਼ ਹੋ ਗਿਆ, ਪਿਆ ਹੋਇਆ। ਸ਼ਾਹੀ ਸੈਨਾ ਫਰਾਰ ਹੋ ਚੁੱਕੀ ਹੈ, ਜੰਗ ਖਤਮ ਹੋ ਚੁੱਕਾ ਹੈ। ਭਾਈ ਕਨਈਆ ਜਲ ਦੀ ਸੇਵਾ ਕਰਦਾ ਰਿਹਾ, ਕਰਦਾ ਪਿਆ ਤੇ ਸਯਾਦ ਬੇਗ ਤੜਫਦਾ ਪਿਆ ਤੇ ਹਾਏ ਪਾਣੀ ਦੀ ਆਵਾਜ਼ ਆਈ। ਇਹ ਕਥਾ ਸਤਯੁਗ ਦੇ ਦਸ਼ਮੇਸ਼ ਅੰਕ ਵਿੱਚ ਅੰਕਿਤ ਕੀਤੀ ਗਈ ਹੈ। ਕਿਸੇ ਨੇ ਪੜ੍ਹਨੀ ਹੋ ਤੇ ਪੜ੍ਹ ਲਿਓ। ਭਾਈ ਕਨਈਆ ਨੇ ਪਾਣੀ ਦੀ ਆਵਾਜ਼ ਸੁਣੀ, ਭੱਜ ਕੇ ਅੱਗੇ ਹੋਇਆ, ਮਸ਼ਕ ਦੇ ਵਿੱਚੋਂ ਪਾਣੀ ਮਾਰਿਆ, ਮੂੰਹ ਦੇ ਉੱਤੇ, ਅੱਖਾਂ ਦੇ ਉੱਤੇ ਖੂਨ ਪਿਆ ਸੀ, ਸਾਰਾ ਖੂਨ ਧੋ ਕੇ ਅੱਖਾਂ ਖੁੱਲੀਆਂ, ਮੂੰਹ ਵਿੱਚ ਪਾਣੀ ਪੈ ਗਿਆ, ਹੋਸ਼ ਆ ਗਈ। ਇਹ ਪੁੱਛਦਾ ਤੂੰ ਮੈਨੂੰ ਪਾਣੀ ਪਿਆਲਣ ਵਾਲਾ ਕੌਣ ਹੈ? ਕੋਈ ਫਰਿਸ਼ਤਾ ਜਾਪਦਾ? ਕੌਣ ਹੈ ਤੂੰ? ਇਹ ਕਹਿੰਦਾ ਮੈਂ ਗੁਰੂ ਕਾ ਸਿੱਖ ਹਾਂ। ਦਾ ਮੰਨਣ ਅੰਦਰ ਗੱਲ ਨਹੀਂ ਆਈ। ਗੁਰੂ ਕਾ ਸਿੱਖ ਦੁਸ਼ਮਣ ਦਾ ਵੈਰੀ ਵੀ ਹੈ ਤੇ ਦੁਸ਼ਮਣ ਨੂੰ ਪਾਣੀ ਕਿਵੇਂ ਪਿਲਾ ਸਕਦਾ? ਇਹ ਨਹੀਂ ਮੰਨਣ ਅੰਦਰ ਗੱਲ ਆ ਜਾਂਦਾ। ਨਹੀਂ, ਮੈਂ ਗੁਰੂ ਕਾ ਸਿੱਖ ਹਾਂ। ਵੇਖਿਆ ਸਿੱਖਾਂ ਨੇ ਇਸ ਕਥਾ ਨੂੰ ਬਿਆਨ ਕੀਤਾ ਕਿਸੇ ਨੇ, ਕਹਿੰਦਾ ਕਲਗੀਧਰ ਦੇ ਸੰਦੇਸ਼ ਦੇ ਯੋਧੇ ਨਿਕਲੇ ਸੀ ਮੈਦਾਨ ਦੇ ਅੰਦਰ, ਅਣਖ ਤੇ ਗੈਰਤ ਜਾਗ ਪਈ ਸੀ ਭਾਰਤ ਦੇ ਹਰ ਜਵਾਨ ਦੇ ਅੰਦਰ, ਸਿਰ ਤੇ ਬੰਨ ਸ਼ਹੀਦੀ ਸਿਹਰੇ ਗੁੱਟਾਂ ਉੱਤੇ ਬੰਨ ਕੇ ਗਾਨੇ, ਬਲ ਦੀ ਸ਼ਮਾ ਤੇ ਸੜਨ ਵਾਸਤੇ ਨਿਕਲ ਪਏ ਧਰਮੀ ਪਰਵਾਨੇ, ਕਲਗੀਧਰ ਤੋਂ ਅੰਮ੍ਰਿਤ ਪੀ ਕੇ ਸੀਸ ਤਲੀ ਦੇ ਉੱਤੇ ਧਰ ਕੇ, ਤੂੰ ਕਿਰਪਾਨਾ ਬੋਲ ਚਕਾਰੇ ਨਿਕਲੇ ਸੀ ਅਰਦਾਸੇ ਕਰਕੇ, ਦੋਹੀ ਪਾਸੀ ਤਲੀਆਂ ਫੌਜਾਂ ਜੰਗੀ ਜਦੋਂ ਨਗਾਰੇ ਵੱਜੇ, ਹਰ ਪਾਸੇ ਲਿਸ਼ਕਣ ਤਲਵਾਰਾਂ ਅੱਗੇ ਪਿੱਛੇ ਖੱਬੇ ਸੱਜੇ, ਕੀ ਦੱਸਾਂ ਨਾ ਦੱਸੀ ਜਾਵੇ ਐਸੀ ਆ ਕੇ ਪਰਲੋ ਵਰਤੀ, ਐਸੀ ਵੱਡੋ ਟੁੱਕੀ ਹੋਈ ਲਾਲ ਸੁੱਖ ਸੀ ਹੋ ਗਈ ਧਰਤੀ, ਜੰਗ ਦੇ ਵਿੱਚੋਂ ਸਿੰਘ ਨਿਕਲ ਕੇ ਵੱਲ ਗੁਰਾਂ ਦੇ ਆਏ ਭੱਜੇ, ਤੇ ਕਲਗੀਧਰ ਦੇ ਕੋਲ ਆਣ ਕੇ ਗੁੱਸੇ ਦੇ ਵਿੱਚ ਏਦਾਂ ਗੱਜੇ, ਬੋਲੇ ਦਾਤਾ ਕੀ ਕਹੀਏ, ਅੱਜ ਸਾਥੋਂ ਕੁਛ ਵੀ ਕਿਹਾ ਨਹੀਂ ਜਾਂਦਾ, ਜੋ ਕੁਛ ਅੱਖੀ ਵੇਖ ਕੇ ਆਏ ਸਾਥੋਂ ਬਿਲਕੁਲ ਸਹਿਆ ਨਹੀਂ ਜਾਂਦਾ, ਉੱਤੋਂ ਹੀ ਉੱਤੋਂ ਸਿੱਖ ਤੁਹਾਡਾ ਤਨੋ ਮਨੋ ਜੋ ਬਣਿਆ ਹੋਇਆ ਵਿੱਚੋਂ ਹੈ ਜੇ ਪੱਕਾ ਲੈਰੀ, ਤਾਣ ਕੇ ਛਾਤੀ ਤਣਿਆ ਹੋਇਆ, ਜਿਹੜੇ ਦੁਸ਼ਮਣ ਵੈਰੀ ਤਾਂ ਹੀ ਅਸੀਂ ਆ ਮਾਰ ਮੁਕਾਉਣਾ ਚਾਹੁੰਦੇ, ਉਸਨੂੰ ਮਾਰ ਕੇ ਆਪਣੀ ਇੱਜ਼ਤ ਨਾਲੇ ਧਰਮ ਬਚਾਉਣਾ ਚਾਹੁੰਦੇ, ਉਹਨਾਂ ਦੇ ਨਾਲ ਸਿੱਖ ਤੁਹਾਡਾ ਇੰਨਾ ਪਿਆਰ ਵਧਾਈ ਜਾਂਦਾ, ਵੇਖ ਵੇਖ ਕੇ ਹੋਏ ਫੱਟੜ ਮੂੰਹ ਵਿੱਚ ਪਾਣੀ ਪਾਈ ਜਾਂਦਾ, ਸਾਨੂੰ ਤੇ ਇਹ ਭੈੜਾ ਹੀ ਲੱਗਾ, ਇਹੋ ਜਿਹਾ ਰਵੱਈਆ ਉਹਦਾ, ਤੇ ਨਹੀਂ ਇਤਬਾਰ ਤੇ ਸੱਦ ਕੇ ਪੁੱਛ ਲਓ ਨਾ ਜੇ ਭਾਈ ਕੇ ਨਹੀਂ ਆਉਂਦਾ, ਸਦੋ ਇਹੋ ਜਿਹਾ ਸਿੱਖ ਹੈ ਤੁਹਾਡਾ। ਅੱਜ ਦਿੰਦਾ ਬੈਰੀਆਂ ਨੂੰ ਪਾਣੀ ਤੇਰਾ ਸਿੱਖ ਜੋ ਕਨਈਆ, ਦਿੰਦਾ ਬੈਰੀਆਂ ਨੂੰ ਪਾਣੀ ਤੇਰਾ ਸਿੱਖ ਜੋ ਕਨਈਆ, ਦੇਖ ਜੋ ਕਨਈਆ।
ਇਹਨੂੰ ਪੁੱਛੋ ਸਦਕੇ ਜੇ ਇਸ ਤਰ੍ਹਾਂ ਹੀ ਹੋਣਾ ਤੇ ਸਾਡੇ ਇਹ ਸ਼ਸਤਰ ਪਏ ਨੇ ਸਾਂਭ ਲਓ। ਅੱਛਾ ਇਧਰ ਕਲਗੀਧਰ ਨੇ ਸੁਣੀਆਂ ਗੱਲਾਂ ਸਿੱਖ ਨੂੰ ਆਪਣੇ ਕੋਲ ਬੁਲਾਇਆ ਸਾਹਮਣੇ ਕਰਕੇ ਪੁੱਛਣ ਲੱਗੇ ਓਏ ਇਹ ਕੀ ਤੂੰ ਪਖੰਡਰ ਚ ਆਇਆ ਸੁਣਿਆ ਇਹ ਬੇਹੋਸ਼ ਤੇ ਫੱਟੜ ਬੈਰੀ ਤਾਈ ਛਾਤੀ ਲਾ ਕੇ ਤੇਨਾ ਇਹ ਤੂੰ ਪਿਆਰ ਦਲਾਸੇ ਮੂੰਹ ਉਹਦੇ ਵਿੱਚ ਪਾਣੀ ਪਾ ਕੇ ਦਿਲ ਦਾ ਭੇਤ ਤੂੰ ਸੱਚਾ ਸੱਚਾ ਖੋਲ ਕੇ ਅੱਜ ਸੁਣਾ ਦੇ ਸਾਰਾ ਤੇ ਆਪਣੇ ਮੂੰਹ ਉਹ ਸੱਚ ਝੂਠ ਦਾ ਕਰਦੇ ਖਾ ਤੂੰ ਆਪ ਨਕਾਰਾ। ਕਹਿੰਦੇ ਨੇ ਹੱਥ ਜੋੜ ਕੇ ਭਾਈ ਘਨੱਈਏ ਤੇ ਪਹਿਲੋ ਚਰਨੀ ਸੀਸ ਲਵਾਇਆ। ਧਿਆਨ ਰੱਖਣਾ ਗੁਰੂ ਦੇ ਸਾਹਮਣੇ ਜਾਣ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਜਾਣਾ ਹੀ ਕਿਸ ਤਰ੍ਹਾਂ ਸਾਨੂੰ ਬਹੁਤ ਹੀ ਆਪਣੂੰ ਪਤਾ ਹੀ ਨਹੀਂ ਕਿ ਗੁਰੂ ਦੇ ਸਾਹਮਣੇ ਜਾਣਾ ਹੀ ਕਿਸ ਤਰ੍ਹਾਂ ਇਹ ਨਹੀਂ ਪਤਾ ਲੱਗਦਾ। ਸਾਧ ਸੰਗਤ ਚ ਕਿਸ ਤਰ੍ਹਾਂ ਜਾਣਾ ਸਾਡੇ ਅੰਦਰ ਦੀ ਭਾਵਨਾ ਕੀ ਹੋਣੀ ਚਾਹੀਦੀ ਹੈ ਅਸਾਂ ਕੀ ਲੈ ਕੇ ਜਾਣਾ ਗੁਰੂ ਦੀ ਭੇਟਾ ਇਹ ਨਹੀਂ ਪਤਾ ਕਿਸੇ ਨੇ ਜਾਂਚ ਦੱਸੀ ਹੈ। ਤੇ ਬਿਰਤੀ ਗੁਰ ਚਰਨਾਂ ਵਿੱਚ ਲਾ ਕੇ ਉਹ ਸਾਧ ਸੰਗਤ ਬਣ ਜਾਈਦਾ ਬਿਰਤੀ ਗੁਰ ਚਰਨਾਂ ਵੱਲ ਲਾ ਕੇ ਤੇ ਸਾਧ ਸੰਗਤ ਬਣ ਜਾਈਦਾ ਇਹ ਜੀ ਹੱਥ ਜੋੜ ਪੱਲਾ ਗੱਲ ਪਾ ਕੇ ਮੈਂ ਤੇ ਕਹਿੰਦਾ ਤੂੰ ਹੀ ਮੈਨੂੰ ਵਿੱਚ ਭੁਲੇਖੇ ਪਾਇਆ ਹੋਇਆ
सब तेरा ही नूर हर पासे दिसता है मैनू ते तेरा ही दर्शन ही तेरा हो रहा बाहर सूए के मैं बीनम बा चश्म बा सिवा नायद हमेशा नक्शे उधर दी रहे महबूदा में बाशद हुण ते मैं जिधर वेखता हाँ तेरा ही रूप नजरी आ रहा है तेरे तो बगैर होर मैनू दिसता ही कख नहीं ये मेरी आंखों में रहती है सदा तस्वीर सतगुर दी मेरी आंखों में रहती है सदा तस्वीर सतगुर दी
ਕੁੰਚੇ ਚੀਟੀ ਭਜਣ ਹੈ ਬਹੁ ਨਾਨਾ ਰੇ ਅਸਥਾ ਵਰ ਜੰਗਮ ਕੀਟ ਪਤੰਗਮ ਘੱਟ ਘੱਟ ਰਾਮ ਸਮਾਨਾ ਰੇ ਇਹ ਵਸਿਆ ਹੋਇਆ ਜਿਵੇਂ ਜਮਾਨ ਕੇ ਵਿਖਿਆ ਸਮਰਸਤੇ ਇੱਕ ਜੋਤ ਹੈ ਨਾ ਘੱਟ ਹੈ ਨਾ ਬਾਗ ਹੈ ਨਾ ਘੱਟ ਬਾਗ ਹੋਤ ਹੈ ਜੀਵਨ ਪਲਟ ਕੇ ਰੱਖ ਦਿੱਤਾ ਮੈਂ ਬਲਹਾਰੇ ਸਿੱਖਾਂ ਤੇ ਥੋ ਜਿਹੜੀ ਕਾਰ ਕਮਾਈ ਜਾਂਦਾ ਇੱਥੇ ਉੱਥੇ ਦੋਈ ਜਹਾਨੀ ਜੀਵਨ ਸਫਲ ਬਣਾਈ ਜਾਂਦਾ ਕਹਿੰਦੇ ਨੇ ਹੋ ਕੇ ਫਿਰ ਪ੍ਰਸੰਨ ਗੁਰਾਂ ਨੇ ਕੰਡੋ ਦੀ ਤੇ ਥਾਪੀ ਲਾਈ ਮਲਮ ਦੀ ਇੱਕ ਡੱਬੀ ਆਪਣੀ ਹੱਥੀ ਉਹਦੇ ਹੱਥ ਫੜਾਈ ਮਲਮ ਦੇ ਕੇ ਕਹਿੰਦੇ ਸਿੱਖਾ ਸੇਵਾ ਹੋਰ ਕਮਾਉਂਦਾ ਜਾਵੀ ਪਾਣੀ ਦੇ ਨਾਲ ਫੱਟਾ ਉੱਤੇ ਮਲਮ ਵੀ ਥੋੜੀ ਲਾਉਂਦਾ ਜਾਵੀ ਤੇ ਚਾਹੇ ਨਾਲ ਭੂਮੀ ਦੇ ਅੰਦਰ ਪਾ ਦੁਖੀਆਂ ਦੇ ਮੂੰਹ ਵਿੱਚ ਪਾਣੀ ਤੂੰ ਅਮਰ ਹੈ ਸਦਾ ਰਹੇਗੀ ਜਗ ਤੇ ਤੇਰੀ ਅਮਰ ਕਹਾਣੀ ਤੇਰਾ ਪੰਥ ਚੱਲੇਗਾ ਦੁਨੀਆਂ ਵਿੱਚ ਭਾਈ ਕਨਈਆ ਅਜੇ ਤੱਕ ਚੱਲਦਾ ਪਿਆ ਸੇਵਾ ਪੰਥ ਸ਼ਾਖ ਹੈ ਇਹਨਾਂ ਨੂੰ ਵੱਡਣ ਛਾਈਏ ਵੀ ਕਹਿੰਦੇ ਨੇ ਅੱਜ ਤੱਕ ਇਹ ਪੰਥ ਚੱਲਦਾ ਪਿਆ ਜੀਵਨ ਕੈਸਾ ਬਣਾਇਆ ਇਹ ਹੈ ਸਤਿਗੁਰੂ ਦੀ ਕਿਰਪਾ ਜਿਨ੍ਹਾਂ ਵੀ ਗੁਰੂ ਚਰਨਾਂ ਨਾਲ ਸਪਰਸ਼ ਕੀਤਾ ਹੈ ਦੁਨੀਆਂ ਨਾਲ ਉੱਚੇ ਵੇਖੇ ਗਏ ਨੇ ਇਤਿਹਾਸ ਵਿੱਚ ਇੱਥੇ ਅਨੰਤ ਪ੍ਰਮਾਣ ਨੇ ਪਰ ਸਮਾਂ ਇੱਕ ਐਸੀ ਦੀਵਾਰ ਹੈ ਉਹ ਦੀਵਾਰ ਟੱਪਣ ਨੂੰ ਉਲੰਘਣਾ ਕਰਨ ਨੂੰ ਜੀ ਨਹੀਂ ਕਰਦਾ ਸਮਾਂ ਹੋ ਗਿਆ ਜਿੰਨਾ ਮੇਰਾ ਟਾਈਮ ਸੀ ਸਮਾਪਤ ਹੈ ਇੱਥੇ ਬੜੇ ਬੜੇ ਵੱਡੇ ਸ਼੍ਰੋਮਣੀ ਪ੍ਰਚਾਰਕ ਨੇ ਸਾਡੇ ਕੋਲ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਸੰਤ ਗਿਆਨ ਸਿੰਘ ਜੀ ਤੇ ਕਈ ਵਾਰੀ ਮੇਰਾ ਖਿਆਲ ਹੈ ਮੈਨੂੰ ਜਾਪਦਾ ਪੰਡਿਤ ਗੋਪਾਲ ਸਿੰਘ ਜੀ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਵੱਲੋਂ ਖਿਤਾਬ ਮਿਲਿਆ ਹੋਇਆ ਗਿਆਨ ਮਾਰਤਣ ਦਾ ਔਰ ਵਾਕਿਆ ਬਿਲਕੁਲ ਇਸ ਵੇਲੇ ਦੁਨੀਆਂ ਦੇ ਉੱਤੇ ਦੁਨੀਆਂ ਦੇ ਕੋਈ ਗਿਆਨ ਦੇ ਸੂਰਜ ਨੇ ਤੋਂ ਪੰਡਿਤ ਗੋਪਾਲ ਸਿੰਘ ਜੀ ਜਿਹੜੀਆਂ ਮੈਂ ਗੱਲਾਂ ਕੀਤੀਆਂ ਨੇ ਬ੍ਰਹਮ ਗਿਆਨੀਆਂ ਦੀਆਂ ਜੇ ਕਿਤੇ ਅੱਜ ਦੇ ਜ਼ਮਾਨੇ ਵਿੱਚ ਵੇਖਣਾ ਹੋਏ ਬਈ ਸਾਡੇ ਵਿੱਚ ਬ੍ਰਹਮ ਗਿਆਨੀ ਕੌਣ ਹੈ ਤੇ ਪੰਡਿਤ ਗੋਪਾਲ ਸਿੰਘ ਉਹਨਾਂ ਦੇ ਦਰਸ਼ਨ ਕਰ ਲਓ ਬਿਲਕੁਲ ਬ੍ਰਹਮ ਗਿਆਨੀ ਐਸਾ ਬਚਨ ਅੰਦਰੋਂ ਨਿਕਲਦਾ ਜਿਸ ਤਰ੍ਹਾਂ ਅਗਲੇ ਨੂੰ ਠੰਡ ਪਾ ਛੱਡਦੇ ਬਚਨ ਕਰਕੇ ਸੋ ਮੈਂ ਅੱਜ ਕਰ ਲਿਆ ਇਹ ਸਤਿਗੁਰੂ ਦੀ ਕਿਰਪਾ ਹੈ ਉਹਨਾਂ ਤੇ ਵੀ ਸਤਿਗੁਰਾਂ ਦੀ ਕਿਰਪਾ ਦਿੱਤੀ ਐਸਾ ਜੀਵਨ ਗੁਰਸਿੱਖਾਂ ਦਾ ਬਣਿਆ ਜਿਨ੍ਹਾਂ ਨੇ ਗੁਰੂ ਚਰਨਾਂ ਨਾਲ ਸਪਰਸ਼ ਕੀਤਾ ਅੱਜ ਦੀ ਇਹ ਗੱਲ ਸੀ ਕਹਿ ਕੇ ਤੇ ਸਮਾਪਤੀ ਕਰੀਏ ਕਬੀਰ ਕਹਿੰਦਾ ਪਿਆ ਸੀ ਕਿ ਜੇ ਤੇ ਇੱਥੇ ਕਿ ਜੇ ਪਹੁੰਚ ਗਿਆ ਸਿੱਖ ਤੇ ਸਮਝ ਲਿਓ ਵੀ ਗੁਰੂ ਮਿਲਿਆ ਤੇ ਜੇ ਨਹੀਂ ਇੱਥੇ ਪਹੁੰਚਿਆ ਤਾਂ ਸਮਝ ਐਵੇਂ ਨਾ ਆਖਣਾ ਵੀ ਫਿਰ ਤੁਸੀਂ ਐਵੇਂ ਐਂਡਾ ਹੀ ਮਾਰ ਕੇ ਚਲੇ ਜਾਂਦੇ ਧਿਆਨ ਰੱਖੋ ਇਸ ਤਰ੍ਹਾਂ ਦੀ ਆਪਣੀ ਬਣਾਓ ਆਪਣਾ ਮਨ ਕਬੀਰ ਕਹਿੰਦਾ ਪਿਆ ਕਹਿ ਤੇ ਸਮਾਪਤ ਕਰੀਏ ਗੁਰ ਲਗਾ ਤਬ ਜਾਣੀਐ ਮਿਟੇ ਹੈ ਮੋਤਨ ਤਾਪ ਗੁਰ ਲਗਾ ਤਬ ਜਾਣੀਐ ਮਿਟੇ ਹੈ ਮੋਤਨ ਤਾਪ ਗੁਰ ਲਗਾ ਤਬ ਸਤਿ ਸ੍ਰੀ ਅਕਾਲ।